ਹਰਿਆਣਾ ਦੇ ਨਾਲ ਲੱਗਦੇ ਪਿੰਡ ਦਾਖਾ ਦੇ ਵਿੱਚ ਬਲਪ੍ਰੀਤ ਨੌਜਵਾਨ ਨੇ ਏਸ਼ੀਆ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਮਿਸਟਰ ਏਸ਼ੀਆ ਬਣੇ ਨੇ, ਸਾਡੇ ਨਾਲ ਮੌਜੂਦ ਨੇ। ਭਾਅ ਜੀ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਧੰਨਵਾਦ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੁਹਾਡਾ ਵੀ, ਧੰਨਵਾਦ ਇੱਥੇ ਤੱਕ ਆਉਣ ਲਈ ਸਾਡੇ ਵਰਗਿਆਂ ਲਈ। ਬਾਈ ਜੀ, ਚੈਂਪੀਅਨਸ਼ਿਪ ਦੇ ਵਿੱਚ ਤੁਸੀਂ ਕਿਹੜਾ ਮੈਡਲ ਜਿੱਤ ਕੇ ਆ ਸਕਦੇ? ਇਬਰੇ ਕਲਾਸਿਕ ਬੋਡੀ ਬਿਲਡਿੰਗ 'ਚੋਂ ਆਪਣਾ ਗੋਲਡ ਆਇਆ ਸੀਗਾ ਜੀ, ਅਤੇ ਸਪੋਰਟਸ ਮਾਡਲ ਕੈਟਾਗਰੀ 'ਚੋਂ ਥਰਡ ਪਲੇਸ ਆ, ਬਰੋਂਜ ਆ। ਥਾਈਲੈਂਡ ਸੀਗੀ ਜੀ ਏਸ਼ੀਅਨ ਬੋਡੀ ਬਿਲਡਿੰਗ ਚੈਂਪੀਅਨਸ਼ਿਪ 28 ਜੁਲਾਈ 2024। ਹਾਂਜੀ। ਅੱਛਾ, ਤੁਸੀਂ ਚੈਂਪੀਅਨਸ਼ਿਪ ਜਿੱਤ ਕੇ ਡਾਇਟ ਕੀ ਰਹਿੰਦੀ ਸੀ ਤੁਹਾਡੀ, ਦਿਨ ਚਰਿਆ ਮਤਲਬ ਕਿੱਦਾਂ ਰਹਿੰਦੀ ਸੀ, ਕੀ ਖਾਂਦੇ ਪੀਂਦੇ? ਕੀ ਡਾਇਟ ਜੀ ਆਪਣੀ ਕਹਿ ਲਓ ਕਿ ਲਾਸਟ ਡੇਜ਼ 'ਚ ਤਾਂ ਵੀਰੇ ਮਤਲਬ ਕਿ ਡੇਲੀ ਚੇਂਜ ਹੋਣ ਵਾਲਾ ਕੰਮ ਹੀ ਸੀਗਾ, ਬਟ ਜਿਵੇਂ ਕਾਰਬੋਹਾਈਡਰੇਟ ਜ਼ੀਰੋ ਸੀਗੇ, ਰੋਟੀ, ਚੌਲ, ਆਲੂ, ਦਲੀਆ ਜਾਂ ਕੁਛ ਵੀ ਇਹੋ ਜਿਹੀਆਂ ਚੀਜ਼ਾਂ ਬੰਦ, ਡੇਅਰੀ ਪ੍ਰੋਡਕਟ ਆਪਣਾ ਦੁੱਧ, ਦਹੀਂ, ਮੱਖਣੀ, ਇਹ ਸਾਰਾ ਕੁਛ ਬੰਦ ਸੀਗਾ। ਜਾਣੀ ਪ੍ਰੋਟੀਨ ਸੀਗਾ ਜਿਵੇਂ ਬੋਇਲ ਚਿਕਨ ਮੋਸਟਲੀ ਆਹੀ ਸੀਗਾ ਖਾਣ ਵਾਲਾ, ਅਤੇ ਬਾਕੀ ਥੋੜ੍ਹੇ ਜਿਹੇ ਜਿਵੇਂ ਮਾਈਕਰੋਨਿਊਟ੍ਰੀਐਂਟਸ ਹੁੰਦੇ ਆ, ਸੋਡੀਅਮ, ਪੋਟਾਸ਼ੀਅਮ, ਇਹਨਾਂ ਦਾ ਵੀ ਅਪ ਡਾਊਨ ਜਿਹਾ ਚੱਲਦਾ ਰਹਿੰਦਾ ਸੀਗਾ, ਅਤੇ ਇਹ ਡਾਇਟ ਸੀਗੀ, ਬਾਕੀ ਨਾਲ ਵਰਕਆਊਟ ਸੀਗਾ ਜੀ। ਅੱਛਾ, ਜਦੋਂ ਤੁਸੀਂ ਚੈਂਪੀਅਨਸ਼ਿਪ ਜਿੱਤੇ ਹੋ ਅਤੇ ਪਿੰਡ ਵਾਲਿਆਂ ਦਾ ਕਿੱਦਾਂ ਦਾ ਸੀ, ਮਾਂ ਪਿਓ ਦਾ ਜਿਹੜਾ ਕਿੱਦਾਂ ਦਾ ਮਤਲਬ ਖੁਸ਼ੀ ਅਤੇ ਕਿੱਦਾਂ ਦੀ? ਪਿੰਡ ਵਾਲਿਆਂ ਨੇ ਵੀਰੇ ਯਾਰ ਵਧੀਆ ਬਹੁਤ ਮਾਣ ਤਾਣ ਕੀਤਾ, ਅਤੇ ਜਿਵੇਂ ਹੁਣ ਬਈ ਸਾਡੇ ਪਿੰਡ ਪਹਿਲੀ ਵਾਰ ਐਵੇਂ ਦਾ ਇੰਟਰਨੈਸ਼ਨਲ ਮੈਡਲ ਆਇਆ, ਅਤੇ ਜਿਵੇਂ NRI ਬਾਹਰ ਗਏ ਹੋਏ ਆ ਨਾ 20-20 ਸਾਲਾਂ ਦੇ, ਜਾਂ ਪਹਿਲਾਂ ਤਾਂ ਪਿੰਡ 'ਚ ਸਵਾਗਤ ਬਹੁਤ ਵਧੀਆ ਕੀਤਾ ਵੀ, ਢੋਲ ਢੋਲ ਵਜਾ ਕੇ, ਮੈਨੂੰ ਨਹੀਂ ਸੀ ਇੰਨੀ ਉਮੀਦ। ਮੈਨੂੰ ਬਾਈ ਐਂ ਸੀ ਮੈਂ ਉੱਥੋਂ ਹੁਣ ਜਿੱਤ ਕੇ ਆਇਆ ਕੁਛ, ਤਾਂ ਵੀਰੇ ਮੇਰਾ ਸੋਸ਼ਲ ਮੀਡੀਆ ਨਾਲ ਕੰਟੈਕਟ ਜਿਹਾ ਟੁੱਟ ਗਿਆ, ਕਿਉਂਕਿ ਸਫ਼ਰ 'ਚ ਨਾ ਜਹਾਜ਼ 'ਚ ਨਹੀਂ ਚੱਲਦਾ ਹੁੰਦਾ ਨੈੱਟ ਨੁੱਟ, ਅਤੇ ਦੂਜੀ ਗੱਲ ਉੱਥੇ ਵੀ ਬਾਈ ਮੇਰੇ ਕੋਲ ਸੀਗਾ ਸਾਰਾ ਕੁਛ, ਪਰ ਮੈਨੂੰ ਚਲਾਉਣ ਨੂੰ ਜੀ ਨਹੀਂ ਸੀ ਕਰਦਾ, ਕਿਉਂਕਿ ਬੋਡੀ 'ਚੋਂ ਪਾਣੀ ਸੁੱਕਿਆ ਹੋਇਆ ਸੀਗਾ, ਖਾਣਾ ਛੱਡਿਆ ਹੋਈ ਸਾਰਾ ਕੁਛ ਹੈ ਨਾ ਕੰਪੀਟੀਸ਼ਨ ਤੋਂ ਪਹਿਲਾਂ। ਅਤੇ ਇੱਥੇ ਪਰ ਸਾਰਿਆਂ ਨੂੰ ਪਿੰਡ 'ਚ ਪਤਾ ਲੱਗ ਗਿਆ ਵੀ ਜਦੋਂ ਮੈਂ ਸਟੋਰੀ ਪਾਈ ਵੀ ਜਿੱਤ ਗਿਆ, ਅਤੇ ਉਹ ਮੇਰੇ ਘਰਦਿਆਂ ਨੂੰ ਕਹਿਣ ਲੱਗ ਗਏ ਵੀ ਕਦੋਂ ਆਉਣਾ ਬਲਪ੍ਰੀਤ ਨੇ, ਵੀ ਉਹਦੇ ਹਾਰ ਹੂਰ ਪਾਉਣੇ, ਉਹ ਕਹਿੰਦੇ ਕੀ ਹੋ ਗਿਆ, ਮੇਰੀ ਦਾਦੀ ਹੁਣ ਉਹ ਨਹੀਂ ਪਤਾ ਸੀ, ਉਹ ਵਿਚਾਰੇ ਬਜ਼ੁਰਗ ਆ, ਅਤੇ ਉਹ ਕਿਹਾ ਵੀ ਹੋ ਗਈਗਾ ਦੱਸਤਾ ਤੋ, ਅਤੇ ਐਂ ਫਿਰ ਹੌਲੀ ਹੌਲੀ ਚਲੋ ਪਤਾ ਲੱਗਿਆ ਵੀ ਐਂ ਵੀ ਏਸ਼ੀਆ 'ਚ ਮੈਡਲ ਜਿੱਤੇ ਆ। ਅਤੇ ਮੇਰੇ ਜਾਂਦਿਆਂ ਨੂੰ ਪਹਿਲਾਂ ਪਿੰਡ ਦੇ ਰਾਹ ਤੋਂ ਲੈ ਕੇ ਆਉਣਾ ਸੀ ਢੋਲ ਢੋਲ ਲੈ ਕੇ, ਅਸੀਂ ਥੋੜ੍ਹਾ ਜਿਹਾ ਪਹਿਲਾਂ ਚਲੇ ਗਏ, ਅਤੇ ਚਲੋ ਵਧੀਆ ਮਾਣ ਤਾਣ ਹਾਰ ਹੂਰ ਪਾਏ ਮੇਰੇ ਉਸਤਾਦ ਦੇ ਹੈ ਨਾ ਕੋਚ ਸਾਹਿਬ ਦੇ, ਅਤੇ ਪਿੰਡ ਵਾਲਿਆਂ ਦਾ ਬਹੁਤ ਵਧੀਆ ਜਾਣੀ ਰਿਸਪੋਂਸ ਸੀਗਾ ਜੀ। ਅੱਛਾ, ਜਦੋਂ ਕੰਪੀਟੀਸ਼ਨ ਹੋ ਰਿਹਾ ਸੀਗਾ ਥਾਈਲੈਂਡ ਦੇ ਵਿੱਚ, ਕਾਫੀ ਜਿਹੜੇ ਹੋਰ ਵੀ ਬੋਡੀ ਬਿਲਡਰ ਹੋਣੇ ਉੱਥੇ, ਅਤੇ ਕਿੱਦਾਂ ਦਾ ਮਹਿਸੂਸ ਕਰ ਰਹੇ ਸੀ, ਕਿਉਂਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਇੱਥੇ ਲੁਧਿਆਣੇ 'ਚ ਰਹਿੰਦੇ ਸੀਗੇ, ਉੱਥੇ ਵੀ ਬੋਡੀ ਬਿਲਡਿੰਗ ਕਰਦੇ ਸੀ, ਹੁਣ ਬਾਹਰ ਜਾ ਕੇ ਕਿੱਦਾਂ ਦਾ ਮਤਲਬ ਫੀਲ ਕਿੱਦਾਂ ਦਾ ਹੁੰਦਾ ਸੀ ਉਸ ਸਾਹਮਣੇ? ਫੀਲ ਜੀ ਐਂ ਹੁੰਦਾ ਸੀਗਾ ਆਪਦੇ ਵੱਲੋਂ, ਮੈਂ ਸੋਚ ਕੇ ਗਿਆ ਸੀ ਵੀ ਨਰਵਸ ਨਹੀਂ ਹੋਣਾ, ਬਾਈ ਨੇ ਵੀ ਮੈਨੂੰ ਐਂ ਕਿਹਾ ਸੀ ਇੱਕ ਬਾਈ ਨੇ ਵੀ ਨਰਵਸ ਨਹੀਂ ਹੋਣਾ, ਪਰ ਬਾਈ ਜਦੋਂ ਸਟੇਜ 'ਤੇ ਚੜ੍ਹਿਆ ਥੋੜ੍ਹਾ ਜਿਹਾ ਹੋ ਗਿਆ ਸੀ ਮੈਂ, ਅਤੇ ਕਿਉਂਕਿ ਇੱਕ ਤਾਂ ਉਹਨਾਂ ਦੀ ਵੀਰੇ ਥੋੜ੍ਹੀ ਜਿਹੀ ਇੰਗਲਿਸ਼ ਬੋਲਦੀ, ਪਰ ਇੰਗਲਿਸ਼ ਟੱਚ ਥੋੜ੍ਹਾ ਜਿਹਾ ਹੋਰ ਹੁੰਦਾ ਹੈ ਨਾ, ਉਹ ਟੀ ਨੂੰ ਤੱਤਾ ਜਿਹਾ ਕਹਿੰਦੇ ਹੁੰਦੇ ਆ, ਰਿਲੈਕਸ ਬੋਡੀ ਬਿਲਡਰਸ ਐਂ ਜੇ ਹੈ ਨਾ, ਅਤੇ ਕੁਛ ਮੈਨੂੰ ਸਮਝ ਨਾ ਆਵੇ, ਬਾਕੀ ਬਾਈ ਜਦੋਂ ਨਿਕਲਦੇ ਹੀ ਹੋਰ ਚਾਈਨਾ ਵਾਲੇ ਜਾਂ ਹੋਰ ਥਾਈਲੈਂਡ ਜਾਂ ਸਿੰਗਾਪੁਰ ਵਾਲੇ ਬੋਡੀ ਬਿਲਡਰ, ਉਹ ਬੜੇ ਮਤਲਬ ਕਹਿ ਲਓ ਵੀ ਸ਼ਾਰਪ ਜੇ ਹੈ ਨਾ ਦੇਖਣ ਨੂੰ, ਕਟਿੰਗ ਵਾਲੇ ਜਾਂ ਕੌਨਫੀਡੈਂਟ ਜੇ, ਉਹ ਦੇਖ ਕੇ ਥੋੜ੍ਹਾ ਜਿਹਾ ਮੈਂ ਨਰਵਸ ਹੋ ਗਿਆ ਸੀ, ਪਰ ਜਦੋਂ ਉਹ 'ਚੋਂ ਥਰਡ ਪਲੇਸ ਆ ਗਈ ਫਿਰ ਮੈਂ ਖੁੱਲ੍ਹ ਜੇ ਗਿਆ, ਮੈਂ ਵੀ ਚੱਕ ਦੇ ਯਾਰ ਵੀ ਹੁਣ ਨੰਬਰ ਪੈ ਗਿਆ ਵੀ ਵਾ ਬਹੁਤ ਆ। ਫਿਰ ਜਦੋਂ ਆਹ ਫਸਟ ਪਲੇਸ ਵਾਲਾ ਮੈਡਲ ਆਇਆ ਸੀਗਾ ਉਦੋਂ ਉਹ ਕੈਟਾਗਰੀ ਸੀ ਕਲਾਸਿਕ ਬੋਡੀ ਬਿਲਡਿੰਗ, ਅਤੇ ਉਹਦੇ 'ਚ ਮੈਂ ਖੁੱਲ੍ਹ ਕੇ ਪੋਜ਼ਿੰਗ ਕੀਤੀ ਅਤੇ ਹੱਸ ਕੇ ਆਇਆ ਜੱਜਾਂ ਨਾਲ, ਅੱਖਾਂ ਨਾਲ ਅੱਖਾਂ ਮਿਲਾ ਕੇ ਸਮਾਈਲ ਕਰਕੇ, ਅਤੇ ਇਹਦੇ 'ਚ ਮਤਲਬ ਵੀ ਵਧੀਆ ਸੀਗਾ, ਕੰਪੀਟੀਸ਼ਨ ਬਹੁਤ ਟਫ ਸੀਗਾ, ਵੀ ਕਹਿ ਲਓ ਯਾਰ ਵੀ ਚੜ੍ਹਦੇ ਤੋਂ ਚੜ੍ਹਦਾ ਹੀ ਆਉਂਦਾ ਹੁੰਦਾ ਹਰੇਕ, ਜਿਵੇਂ ਆਪਦਾ 100% ਲੈ ਗਿਆ ਅਗਲਾ ਵੀ 100% ਦੇ ਕੇ ਆਇਆ ਵਾ। ਚਲੋ ਮਿਹਨਤ ਸੀਗੀ ਜੀ, ਇੱਕ ਪੂਰਾ ਪ੍ਰੋਪਰ ਪਲੈਨ ਨਾਲ ਚੱਲੇ ਸੀਗੇ, ਉਹ ਪਲੈਨ ਸਕਸੈਸਫੁੱਲ ਹੋਇਆ, ਰੱਬ ਨੇ ਕਿਰਪਾ ਕਰਤੀ, ਜਿਵੇਂ ਸੋਚਿਆ ਸੀਗਾ ਜੀ ਉਵੇਂ ਹੋ ਗਿਆ, ਦੁੱਗਣਾ ਹੀ ਦਿੱਤਾ ਜੀ ਰੱਬ ਨੇ, ਮੈਂ ਤਾਂ ਕਹਿੰਦਾ। ਕਹਿੰਦੇ ਬੋਡੀ ਬਿਲਡਿੰਗ ਕਾਫੀ ਮਹਿੰਗਾ ਸ਼ੌਂਕ ਹੈ, ਕਿੱਦਾਂ ਮੈਨੇਜ ਕਿੱਦਾਂ ਕਰਦੇ ਸੀਗੇ ਡਾਇਟ ਵਗੈਰਾ, ਕਿਵੇਂ ਮੈਨੇਜ ਕਿੱਦਾਂ ਕਰਦੇ? ਬਾਈ ਜੀ ਇਹ ਨਾ ਮਤਲਬ ਪਹਿਲਾਂ ਜ਼ਰੂਰ ਔਖਾ ਹੁੰਦਾ ਸੀਗਾ, ਪਹਿਲਾਂ ਤਾਂ ਹੀ ਮੈਂ ਬੋਡੀ ਬਿਲਡਿੰਗ 'ਚ ਆਇਆ ਵੀ ਨਹੀਂ, ਕਿਉਂਕਿ ਮੈਨੂੰ ਪਤਾ ਬਾਈ ਇਹ ਨਾ ਵੀ ਘਰ ਦਾ ਹੀ ਨਹੀਂ ਜ਼ਿਆਦਾ ਸਰਦਾ ਹੈ ਨਾ, ਵੀ ਘਰੇ ਰੋਟੀ ਨਹੀਂ ਪੂਰੀ ਹੁੰਦੀ ਆਪਦੇ 'ਤੇ ਕਿੱਥੋਂ ਬੰਦਾ ਲਾ ਦੂਗਾ। ਚਲੋ ਪਹਿਲਾਂ ਬਾਈ 2015 ਤੋਂ ਆਈ ਸੁੱਕੀਆਂ ਰੋਟੀਆਂ ਖਾ ਕੇ ਲਾਈ ਗਏ,
ਅਤੇ ਚਲੋ ਨੌਲੇਜ ਨਹੀਂ ਹੁੰਦੀ ਸੀ, ਸੱਟ ਫੇਟ ਲਾ ਜਾਂਦੀ ਸੀਗੀ, ਹੈ ਨਾ, ਉਵੇਂ ਤੁਰੇ ਫਿਰਨਾ, ਉਹ ਮਾੜਾ ਜਿਹਾ ਮੋਢਾ ਜਿਹਾ ਐਂ ਕਰ ਕਰਕੇ ਲਾਈ ਜਾਣੀ। ਫਿਰ 2022 ਤੋਂ ਵੀਰੇ ਮੈਂ ਇੰਸਟਾਗ੍ਰਾਮ ਸ਼ੁਰੂ ਕੀਤਾ ਜੀ ਸਰਟੀਫਿਕੇਟ ਨਾਲ ਕੁਛ ਕਰਕੇ, ਅਤੇ ਉਦੋਂ ਬਾਅਦ 'ਚੋਂ ਮਤਲਬ ਮੇਰੀ ਕਮਾਈ ਹੋਣੀ ਸਟਾਰਟ ਹੋ ਗਈ ਸੀ ਡਾਇਟ ਅਤੇ ਵਰਕਆਊਟ ਪਲੈਨ ਨਾਲ, ਅਤੇ ਉਹ ਹੁਣ ਮਤਲਬ ਮੈਂ ਐਜ਼ ਆ ਪ੍ਰੋਫੈਸ਼ਨਲ ਜਿਵੇਂ 1000+ ਕਲਾਇੰਟ ਮੈਂ ਟਰਾਂਸਫਾਰਮ ਕਰਤੇ, ਕਿਸੇ ਦਾ ਵੇਟ ਵਧਾਤਾ, ਕਿਸੇ ਦਾ ਘਟਾਤਾ, ਅਤੇ ਫਿਰ ਆ ਕੇ ਮੇਰੀ ਬਾਈ ਨਾਲ ਮੁਲਾਕਾਤ ਹੋਈ ਹੈ ਕਿ ਬਾਈ ਨਾਲ ਕਿਸੇ ਵਿਆਹ 'ਚ ਜਾਣੀ ਜਾਣਦਾ ਤਾਂ ਮੈਨੂੰ 2017-18 ਦਾ ਇੰਨਾ ਨਾਮ ਪਹਿਲਾਂ ਤੋਂ ਹੀ ਬਹੁਤ ਆ, ਹੈ ਨਾ, ਹੰਬੜਾ ਏਰੀਆ 'ਚ ਮੈਂ ਮੁੱਲਾਪੁਰ ਸੀਗਾ, ਇੱਥੋਂ 15 ਕਿਲੋਮੀਟਰ ਪੈ ਜਾਂਦਾ, ਅਤੇ ਬਟ ਜਿਵੇਂ ਕਹਿ ਲਓ ਵੀ ਮੇਰਾ ਉੱਧਰਲਾ ਏਰੀਆ ਸੀ, ਮੈਂ ਏਰੀਆ 'ਚੋਂ ਨਿਕਲਦਾ ਜਾਂ ਨਹੀਂ ਸੀ। ਇੱਥੇ ਫਿਰ ਮੈਨੂੰ ਇੱਕ ਵਿਆਹ 'ਤੇ ਮਿਲੇ, ਅਸੀਂ ਗੱਲਾਂ ਕੀਤੀਆਂ, ਉੱਥੇ 10 ਮਿੰਟ ਖੜ੍ਹਨਾ ਸੀ, 3-4 ਘੰਟੇ ਖੜ੍ਹੇ ਗੱਲਾਂ ਹੀ ਕਰੀ ਗਏ, ਅਤੇ ਫਿਰ ਮੈਂ ਕਿਹਾ ਵੀ ਬਾਈ ਨੂੰ ਮਿਲ ਕੇ ਚਲੋ ਇੱਥੇ ਆਏ, ਸਾਡੀ ਜਿਹੜੀ ਬੌਂਡਿੰਗ ਇੰਨੀ ਤਗੜੀ ਬਣ ਗਈ 4-5 ਦਿਨਾਂ 'ਚ, ਵੀ ਕਹਿ ਲਓ ਵੀ ਕੋਚ ਵਾਲੀ ਜਾਂ ਦੂਜੀ ਕੋਈ ਗੱਲ ਹੀ ਹੈ ਨਹੀਂ। ਵੀ ਬਾਈ ਕਹਿੰਦਾ ਵੀ ਤੈਨੂੰ ਜਿਹੜਾ ਕੁਛ ਵੀ ਤੂੰ ਯਾਰ ਕਰਨਾ ਤੈਨੂੰ ਵੀ ਮੈਂ ਬਣਾ ਕੇ ਦੂੰਗਾ। ਕਹਿੰਦਾ ਵੀ ਇਹ ਨਹੀਂ ਹੈਗਾ ਵੀ ਜਿਵੇਂ ਹੁਣ ਬਾਈ ਤੁਹਾਨੂੰ ਦੱਸਦਾ ਆਹ ਸਾਡੀ ਇੱਕ ਡਾਰਕ ਸਾਈਡ ਆ ਬੋਡੀ ਬਿਲਡਿੰਗ ਦੀ, ਜੇ ਕੋਈ ਬੰਦਾ ਮਿਸਟਰ ਇੰਡੀਆ ਬਣਿਆ ਨਾ ਉਹ ਉਹਨੂੰ ਮਿਸਟਰ ਪੰਜਾਬ ਤੱਕ ਰੱਖੂਗਾ ਆਪਦੇ ਕੋਚ ਜਿਹੜਾ ਉਹਦਾ ਹੈਗਾ ਵਾ ਟ੍ਰੇਨਿੰਗ ਜਿਹੜਾ ਉਹਦਾ, ਅਤੇ ਕਿਉਂਕਿ ਉਹਨੂੰ ਆਇਆ ਵੀ ਜੇ ਮੇਰੇ ਬਰਾਬਰ ਆ ਗਿਆ ਤਾਂ ਵੀ ਮੇਰੀ ਉਹ ਹੋਣੀ ਆ ਹਦਕ, ਹੈ ਨਾ। ਅਤੇ ਪਰ ਬਾਈ ਨੂੰ ਆਏ ਆ ਇਹ ਮੈਨੂੰ ਕਹਿੰਦਾ, ਕਹਿੰਦਾ ਤੈਨੂੰ ਮੈਂ ਆਪਦੇ ਆਪ ਤੋਂ ਵੀ ਉੱਤੇ ਲੈ ਕੇ ਜਾਣਾ ਵਾਂ, ਅਤੇ ਇਸ ਕਰਕੇ ਮੈਂ ਤਾਂ ਕਹਿੰਦਾ ਵੀ ਜਿਹੜਾ ਕੁਛ ਆ ਵੀ ਬਸ ਬਾਈ ਨਹੀਂ ਦਿੱਤਾ ਉਹ ਮੇਰਾ ਦਿਨ ਹੀ ਇਹੋ ਜਿਹਾ ਸੀਗਾ ਜਿਸ ਦਿਨ ਵਿਆਹ 'ਤੇ ਮਿਲੇ। ਸੋ 10 ਕੁ ਮਹੀਨੇ ਹੋਏ ਆ ਉਹ ਗੱਲ ਨੂੰ, 10 ਮਹੀਨਿਆਂ 'ਚ ਬਾਈ ਨੇ ਤਿਆਰ ਕਰਾ ਕੇ ਏਸ਼ੀਆ ਬਣਾ ਦਿੱਤਾ ਜੀ। ਸੁਣਨ 'ਚ ਆ ਰਿਹਾ ਕਹਿੰਦੇ ਤੁਸੀਂ ਗਰਾਊਂਡ ਲੈਵਲ ਤੋਂ ਉੱਠੇ ਹੋ, ਕਾਫੀ ਤੁਸੀਂ ਮਿਹਨਤ ਕੀਤੀ ਹੈ, ਅਤੇ ਇੱਕ ਵਾਰ ਤਾਂ ਤੁਸੀਂ ਮਤਲਬ ਅੱਕ ਗਏ ਸੀਗੇ, ਮਤਲਬ ਥੱਕ ਗਏ ਸੀਗੇ ਵੀ ਅੱਗੇ ਕਿਵੇਂ ਕਰਨਾ, ਮਤਲਬ ਘਰ ਦੇ ਹਾਲਾਤ ਮਤਲਬ ਤੁਹਾਡੇ ਦਾ ਦੇ ਹੋ ਗਏ ਸੀਗੇ? ਬਾਈ ਹੁਣ ਬਚਪਨ ਤੋਂ ਹੀ ਜੀ ਮੈਂ ਗਰੀਬੀ ਜਿਹੀ 'ਚ ਹੀ ਰਿਹਾ, ਵੀ ਮੇਰੇ ਫਾਦਰ ਸਾਹਿਬ ਨੂੰ ਨਾ ਦਾਰੂ ਦੀ ਥੋੜ੍ਹੀ ਜਿਹੀ ਲੱਤ ਹੁੰਦੀ ਸੀ, ਚਲੋ ਉਹ ਲੱਤ ਸਹੀ ਹੋਈ, ਅਸਥਮੇ ਦੀ ਪ੍ਰੋਬਲਮ ਸੀਗੀ ਵੀ ਜਾਣੀ ਕਹਿ ਲਓ ਵੀ ਯਾਰ ਵੀ ਨਾ ਡੈਡੀ ਤੋਂ ਕੰਮ ਹੀ ਨਹੀਂ ਕਰ ਹੋਇਆ, ਉਹ ਥੋੜ੍ਹਾ ਜਿਹਾ ਠੀਕ ਹੋਇਆ, ਐਕਸੀਡੈਂਟ ਹੋ ਗਿਆ ਢੂਹੀ ਦੇ ਮਣਕੇ ਮੁਣਕੇ ਜੇ, ਜਾਣੀ ਕੰਮ ਜਮੀ ਖਤਮ ਜੰਗ ਹੋ ਗਿਆ ਸੀ। ਸੋ ਗਰੀਬੀ ਬਾਈ ਨਾ ਕਰਜ਼ਾ ਕੁਰਜ਼ਾ ਦੇਖਿਆ ਵੀ ਜਦੋਂ ਥੋੜ੍ਹੀ ਜਿਹੀ ਸਰਤ ਸੰਭਲੀ, ਵੀ ਕਹਿ ਲਓ ਵੀਰੇ ਯਾਰ ਵੀ ਮੈਂ ਜਿਵੇਂ ਕਹਿੰਦਾ ਗੱਲਬਾਤ ਕਰਦਾ ਹੁੰਦਾ ਸੀ ਨਾ, ਉਹ ਕਹਿੰਦਾ ਵੀ ਤਾਂ ਐਂ ਲੱਗਦਾ ਵੀ ਤੇਰੀ 30-35 ਸਾਲ ਉਮਰ ਆ, 17-18 ਸਾਲ ਦੇ ਤੇ ਮੈਂ ਗੱਲ ਕਰਦਾ ਹੁੰਦਾ ਸੀ, ਕਿਉਂਕਿ ਨਾ ਵੀਰੇ ਜਦੋਂ ਜ਼ਿੰਮੇਵਾਰੀਆਂ ਛੋਟੀ ਉਮਰ 'ਚ ਪੈ ਜਾਣੀਆਂ ਤਾਂ ਵੀ ਮਤਲਬ ਕਿ ਉਹ ਜਵਾਨੀ ਦਾ ਉਹ ਹੁੰਦਾ ਨਹੀਂ ਇੱਕ ਫੇਜ਼ ਜਿਹਾ ਵੀ ਹਾਂ ਨਜ਼ਾਰੇ ਲੈ ਲਓ, ਉਹ ਬਾਈ ਅਸੀਂ ਦੇਖਿਆ ਹੀ ਨਹੀਂਗਾ। ਅਤੇ ਕੰਮ ਕਾਰਾਂ 'ਚ ਲਾ ਕੇ 18-19 ਸਾਲ ਦੀ ਉਮਰ 'ਚ ਨਾ ਉਹ ਜਿਹੜੀ ਕੰਪਨੀਆਂ ਜਿਹਾ ਨਹੀਂ ਹੁੰਦੀਆਂ ਨੈਟਵਰਕ ਮਾਰਕੀਟਿੰਗ ਵਾਲੀਆਂ, ਉਹਦੇ 'ਚ ਜਾਣੀ ਮੈਂ ਕਹਿੰਦੇ ਵੀ ਪੈਸੇ ਬਣ ਜਾਂਦੇ ਆ, ਅਤੇ ਮੈਂ ਬਈ ਉਹ ਚਾਹ ਪੱਤੀਆਂ ਜਿਹੀਆਂ ਲੈ ਕੇ ਸਵੇਰੇ ਸਵੇਰੇ ਨਿਕਲ ਜਾਣਾ ਲੋਕਾਂ ਦੇ ਘਰੇ ਵੇਚਣ, ਜਾਂ ਕਹਿ ਲਓ ਭਾਂਡੇ ਮਾਂਜਣ ਵਾਲੇ ਜਿਹੜੇ ਹੁੰਦੇ ਆ ਸ਼ੈਂਪੂ ਸ਼ੈਂਪੂ ਜੇ ਵੀ ਲੈ ਲਓ ਵਿੱਚੋਂ ਕਮਿਸ਼ਨ ਮਿਲ ਜੂਗੀ, ਚਲੋ ਉਹ 'ਚ ਨਹੀਂ ਕੁਛ ਬਣਿਆ। ਫਿਰ ਮੈਂ ਬਈ ਕੰਮ 'ਤੇ ਲੱਗ ਗਿਆ, 8-9 ਹਜ਼ਾਰ ਤਨਖਾਹ, ਉਹ 'ਚ 4 ਹਜ਼ਾਰ ਦਾ ਤੇਲ ਹੀ ਲੱਗ ਜਾਂਦਾ ਸੀ, 4-5 ਹਜ਼ਾਰ ਬਚਦਾ ਸੀ ਮਗਰ, ਅਤੇ ਉਹ ਕਿਸ਼ਤਾਂ 'ਚ ਨਿਕਲ ਜਾਂਦੇ ਸੀ। ਕਾਫੀ ਤੁਸੀਂ ਸਟਰਗਲ ਕਾਫੀ ਕੀਤਾ? ਹਾਂ ਜਾਣੀ ਸਟਰਗਲ ਵੀਰੇ ਐਂ ਕੀਤੀ ਵੀ ਰੋਟੀ ਪਾਣੀ ਵੀ ਜਾਣੀ ਵੀਰੇ ਪੂਰੀ ਨਹੀਂ ਸੀ ਪੈਂਦੀ, ਸਹੀ ਗੱਲ ਦੱਸਾਂ ਤੁਹਾਨੂੰ, ਪਰ ਫਿਰ ਬਈ ਯਾਰ ਅੰਦਰੋਂ ਐਂ ਹੁੰਦੇ ਸੀ ਵੀ ਆਹ ਦਿਨ ਬਦਲਣੇ, ਜੋ ਮਰਜ਼ੀ ਹੋ ਜਾਵੇ ਵੀ ਜਾਂ ਮਰਜ਼ੀਓਂ, ਮੈਂ ਵੀਰੇ ਹੁਣ ਵੀ ਐਂ ਸੋਚਦਾ ਹੁੰਦਾ ਵੀ ਜਿੱਤਣਾ ਜਾਂ ਮਰਨਾ, ਹਾਰਨਾ ਆਉਂਦੀ ਚੀਜ਼ ਹੀ ਹੈ ਨਹੀਂ, ਵੀ ਜੇ ਕਰਨਾ ਵਾ ਜਾਂ ਮਰਨਾ ਵਾ, ਦੋ ਚੀਜ਼ਾਂ ਵਾ, ਅਤੇ ਆਹੀ ਜਨੂੰਨ ਬਾਈ ਮੈਨੂੰ ਖਿੱਚੀ ਫਿਰਦਾ। ਮੈਂ ਰੱਬ ਨੂੰ ਇਹ ਕਹਿੰਦਾ ਹੁੰਦਾ ਵੀ ਰੱਬਾ ਵੀ ਹੁਣ ਜਿਵੇਂ ਬਾਈ ਮੈਂ ਗਰਾਊਂਡ 'ਚ ਕਾਰਡੀਓ ਕਰਦੀ ਹਾਂ, ਇੱਥੇ ਨਾ ਵੀ ਜਿੰਮ 'ਚ ਮਿਹਨਤ ਕਰਦਾ, ਆਹ ਪਸੀਨਾ ਡਿੱਗਦਾ ਜੀ, ਮੈਂ ਕਹਿੰਦਾ ਜੀ ਰੱਬਾ ਜਾ ਕੇ ਖੂਨ ਡੋਲ ਆ ਮੇਰਾ, ਪਰ ਜਿਹੜੀ ਚੀਜ਼ ਮੈਂ ਮੰਗੀ ਆ ਮੈਨੂੰ ਮਿਲਣੀ ਚਾਹੀਦੀ ਆ, ਵੀ ਐਂਡ 'ਤੇ ਸਾਹ ਚੱਲਦੇ ਛੱਡਦੀ ਵੀ ਮਰਨ ਤੋਂ ਇੱਕ ਪੁਆਇੰਟ ਮੈਨੂੰ ਬਚਾ ਲਈ, ਵੀ ਉਹ ਉੱਨੀ ਮਿਹਨਤ ਕਰਾਂ ਮੇਰੇ ਤੋਂ, ਪਰ ਬਾਈ ਰੱਬ ਨੇ ਸੱਚੀ ਉੱਨੀ ਮਿਹਨਤ ਹੀ ਕਰਾਈ ਯਾਰ, ਵੀ ਜਿਵੇਂ ਕਹਿ ਲਓ ਵੀ ਇੱਕ ਦੋ ਵਾਰ ਤਾਂ ਐਂ ਹੱਥ ਲਾ ਕੇ ਮੁੜਿਆ ਮੌਤ ਨੂੰ, ਪਰ ਆ ਜਿਹੜੀ ਚੀਜ਼ ਮਿਲ ਗਈ ਬਾਈ ਇਹ ਸਾਰੀ, ਵੀ ਕਹਿ ਲਓ ਵੀ ਯਾਰ ਪਿੰਡ ਵਾਲਿਆਂ ਨੇ ਇੰਨਾ ਮਾਣ ਤਾਣ ਕੀਤਾ ਵੀ ਕਿਸੇ ਨੇ ਵੀ ਅੱਜ ਤੱਕ ਪਹਿਲੀ ਗਰਾਹ ਚੀਜ਼ ਹੋਈ ਆ, ਉਹ ਮਿਹਨਤ ਦਾ ਦੁੱਗਣਾ ਮੁੱਲ ਮਿਲ ਗਿਆ ਜੀ ਮੈਂ ਤਾਂ ਕਹਿੰਦਾ। ਅੱਛਾ ਤੁਸੀਂ ਏਸ਼ੀਆ ਬੋਡੀਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਤੁਸੀਂ ਮਿਸਟਰ ਏਸ਼ੀਆ ਬਣੇ ਹੋ, ਅਤੇ ਅੱਗੇ ਕੀ ਸੁਪਨਾ, ਅੱਗੇ ਕੀ ਬਣਨਾ ਚਾਹੁੰਦੇ ਹੋ, ਕਿੰਨੀ ਕੁ ਮਿਹਨਤ ਸਾਰੀ ਲੱਗਣੀ ਹੋਰ ਤੁਹਾਨੂੰ ਅੱਗੇ ਜਾਣਾ? ਵੀਰੇ ਦੇਖੋ ਜੀ ਮੈਂ ਤਾਂ ਜੀ ਆਪਦੇ ਕੋਚ ਨੂੰ ਆਪਦੇ ਆਪ ਨੂੰ ਸਮਰਪਿਤ ਕਰਤਾ ਜੀ, ਵੀ ਜਿਵੇਂ ਬਾਈ ਕਹੂਗਾ ਜਿੱਥੇ ਤੱਕ ਕਹੂਗਾ ਉੱਥੇ ਤੱਕ ਜਾਵਾਂਗੇ,
ਜਦੋਂ ਕਹੂਗਾ ਵੀ ਬਸ ਤਾਂ ਆਪਾਂ ਬਸ ਕਰ ਦੇਣੀ ਹੈ। ਕੋਈ ਆਪਾਂ ਨੂੰ ਇਹ ਨਹੀਂ ਹੈਗਾ ਲਾਲਚ ਵੀ ਮੈਂ ਦੁਨੀਆ 'ਤੇ ਟੱਚ ਕਰਕੇ ਮੁੜਨਾ, ਜਿੱਥੇ ਤੱਕ ਕਹਿਣਗੇ ਜਾਂ ਜੇ ਮਤਲਬ ਨਹੀਂ ਵੀ ਜੀ ਕਰੂਗਾ ਜਿੱਥੇ ਤੱਕ ਕਹਿਣਗੇ ਜਾਵਾਂਗੇ, ਪਰ ਜਿੱਥੇ ਮਤਲਬ ਕਹਿੰਦਾ ਵੀ ਰੁਕ ਜਾ ਆਪਾਂ ਰੁਕ ਜਾਣਾ ਵੀਰੇ ਯਾਰ। ਜੀ ਬਿਲਕੁਲ, ਬਲਪ੍ਰੀਤ ਦੇ ਸਾਡੇ ਕੋਚ ਵੀ ਨਾਲ ਮੌਜੂਦ ਨੇ। ਸਰ ਕਿੱਦਾਂ ਲੱਗ ਰਿਹਾ ਮੁੰਡਾ ਏਸ਼ੀਆ ਬੋਡੀਬਿਲਡਿੰਗ ਚੈਂਪੀਅਨਸ਼ਿਪ ਦੇ ਮਿਸਟਰ ਏਸ਼ੀਆ ਬਣੇ? ਸਤਿ ਸ਼੍ਰੀ ਅਕਾਲ ਜੀ, ਫਸਟ ਆਫ ਆਲ ਸਾਰਿਆਂ ਨੂੰ ਜਿੰਨੇ ਵੀ ਦੇਖ ਰਹੇ ਹੋ, ਤੁਹਾਡਾ ਬਹੁਤ ਬਹੁਤ ਥੈਂਕ ਯੂ ਇੱਥੇ ਆਉਣ ਦੀ। ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ, ਈਵਨ ਹਜੇ ਈਵਨ ਇੱਕ ਸਟਾਰਟਿੰਗ ਹੈ, ਹਜੇ ਤਾਂ ਬਹੁਤ ਉੱਪਰ ਜਾਣਾ, ਹਜੇ ਬਹੁਤ ਬੁਲੰਦੀਆਂ ਨੂੰ ਛੂਗਾ ਆਉਣ ਵਾਲੇ ਟਾਈਮ 'ਚ, ਅਤੇ ਹੋਪ ਹੈ ਕਿ ਅੱਛਾ ਕਰੂਗਾ ਕਿਉਂਕਿ ਮੁੰਡਾ ਮਿਹਨਤੀ ਹੈ ਅਤੇ ਮੈਨੂੰ ਉਮੀਦ ਹੈ ਕਿ ਉਮੀਦਾਂ 'ਤੇ ਖਰਾ ਉਤਰੂਗਾ। ਭਾਅ ਜੀ, ਜਿਵੇਂ ਬੋਡੀ ਬਿਲਡਿੰਗ ਮੁੰਡੇ ਕਰਦੇ ਆ, ਕਈ ਜਿਵੇਂ ਉਹ ਕਹਿੰਦੇ ਨੇ ਬੋਡੀ ਬਿਲਡਿੰਗ ਬਣਾ ਤਾਂ ਲੈਂਦੇ ਨੇ, ਫਿਰ ਸਟੀਰੋਇਡ ਖਾਂਦੇ ਆ ਜਾਂ ਹੋਰ ਪ੍ਰੋਟੀਨ ਜਾਂ ਕੋਈ ਵੀ ਚੀਜ਼ ਖਾਂਦੇ, ਉਹ ਜਦੋਂ ਤਾਂ ਬੋਡੀ ਬਣ ਜਾਂਦੀ ਹੈ ਫਿਰ ਕੁਛ ਟਾਈਮ ਬਾਅਦ ਜਦੋਂ ਛੱਡ ਦਿੰਦੇ ਆ ਪੂਰੀ ਮਤਲਬ ਢਿਲ ਕੇ ਜਾਂਦੀ ਹੈ। ਮਤਲਬ ਇਹਦੇ ਪਿਛਲਾ ਸੱਚ ਦੱਸਦਾ, ਪਿਛਲੀ ਸਾਇੰਸ ਦੱਸਦਾ ਤੁਹਾਨੂੰ ਮੈਂ ਨਾ, ਕਿ ਤੁਸੀਂ ਇੱਕ ਦਰਖਤ ਹੈ, ਦਰਖਤ ਨੂੰ ਆਪਾਂ ਜਿੰਨਾ ਚਿਰ ਖਾਦ ਪਾਣੀ ਅੱਛਾ ਦੇਵਾਂਗੇ ਉਹਨੇ ਅੱਛਾ ਫਲਣਾ ਫੁਲਣਾ, ਉਹਨੇ ਅੱਛੇ ਫਲ ਦੇਣੇ ਹੈ ਨਾ, ਅਤੇ ਜਦੋਂ ਆਪਾਂ ਉਹਨੂੰ ਪਾਣੀ ਦੇਣਾ ਛੱਡਤਾ ਤਾਂ ਉਹਨੇ ਡੇ ਬਾਏ ਡੇ ਡਾਊਨ ਹੋਣਾ ਸ਼ੁਰੂ ਹੁੰਦਾ। ਹੁਣ ਆਹੀ ਕੰਮ ਬੋਡੀ ਬਿਲਡਿੰਗ ਦਾ, ਕਿ ਜਦੋਂ ਤੁਸੀਂ ਟ੍ਰੇਨਿੰਗ ਕਰਦੇ ਹੋ, ਹੁਣ ਨੋਰਮਲ ਹੈ ਤੁਸੀਂ ਉਹ ਨੋਰਮਲ ਲਾ ਲਓ ਨਾ, ਇੱਕ ਨੋਰਮਲ ਬੰਦਾ 3 ਟਾਈਮ ਰੋਟੀ ਖਾਂਦਾ, 1-2 ਟਾਈਮ ਸਨੈਕਸ ਮੀਲ 'ਚ ਪਾਣੀ ਵਗੈਰਾ ਪੀ ਲੈਂਦਾ, ਦੈਟਸ ਇਟ। ਬਟ ਬੋਡੀ ਬਿਲਡਰ ਦੀ ਜਿਹੜੀ ਡਾਇਟ ਹੁੰਦੀ ਹੈ ਉਹ ਬਹੁਤ ਐਕਸਪੈਂਸਿਵ ਹੁੰਦੀ ਹੈ, ਬਹੁਤ ਮਹਿੰਗੀ ਹੁੰਦੀ ਹੈ। ਉਹਦੇ 'ਚ ਬਹੁਤ ਕਹਿ ਦਈਏ ਪ੍ਰੋਟੀਨ ਦੀ ਮਾਤਰਾ 2-3 ਗ੍ਰਾਮ ਪਰ ਬੋਡੀ ਵੇਟ ਦੇ ਅਕੋਰਡਿੰਗ, ਜਿੰਨੀ ਕਿ ਆਪਾਂ ਹਫ਼ਤੇ 'ਚ ਪ੍ਰੋਟੀਨ ਲੈਂਦੇ ਹਾਂ ਉਨਾ ਬੰਦਾ ਇੱਕ ਦਿਨ 'ਚ ਲੈ ਲੈਂਦਾ ਉਹ ਪ੍ਰੋਟੀਨ ਡਾਇਟ 'ਚੋਂ, ਸਪਲੀਮੈਂਟ ਕੋਈ ਸੋਰਸ, ਠੀਕ ਹੈ ਜੀ। ਅਤੇ ਦੂਸਰੀ ਚੀਜ਼ ਇਹ ਆ ਜਾਂਦੀ ਹੈ ਕਿ ਜਦੋਂ ਬੋਡੀ ਬਿਲਡਿੰਗ ਫਿਰ ਛੱਡ ਦਿੰਦਾ, ਮੰਨ ਲਓ ਕਿ ਛੱਡ ਦਿੰਦਾ ਨਾ ਜਿਮ ਜਾਣਾ ਛੱਡ ਦਿੰਦਾ, ਜਦੋਂ ਜਿਮ ਤੁਸੀਂ ਜਾਂਦੇ ਹੋ ਟ੍ਰੇਨਿੰਗ ਕਰਦੇ ਹੋ ਤਾਂ ਤੁਹਾਡੇ ਅੰਦਰ ਮਸਲ ਦੇ ਅੰਦਰ, ਮੰਨ ਲਓ ਕਿ ਬਾਈਸੈਪ ਟ੍ਰੇਨ ਕਰਦੇ ਹਾਂ ਤਾਂ ਬਾਈਸੈਪ ਦੇ ਅੰਦਰ ਟ੍ਰੇਨਿੰਗ ਕਰਦੇ ਹੋ, ਦੇਖਿਆ ਜੇ ਤੁਸੀਂ ਐਕਸਰਸਾਈਜ਼ ਕਰਦੇ ਹੋਗੇ ਤਾਂ ਜਦੋਂ ਆਪਾਂ ਐਕਸਰਸਾਈਜ਼ ਕਰਦੇ ਹਾਂ ਬਲੱਡ ਫਲੋ ਇਨਕਰੀਜ਼ ਹੋ ਜਾਂਦਾ ਉਹਦੇ ਅੰਦਰ ਨਾ, ਬਲੱਡ ਫਲੋ 80-85% ਹੋ ਜਾਂਦਾ, ਤੁਹਾਨੂੰ ਮਸਲ ਹਾਰਡ ਹੋ ਜਾਂਦਾ ਅਤੇ 2 ਘੰਟੇ ਬਾਅਦ ਫਿਰ ਢਿੱਲਾ ਜਿਹਾ ਪੈ ਜਾਂਦਾ ਨਾ, ਤਾਂ ਡੇ ਬਾਏ ਡੇ ਆਪਾਂ ਕਰਦੇ ਰਹਿੰਦੇ ਤਾਂ ਉਹ ਹਾਰਡਨੈਸ ਬਣੀ ਰਹਿੰਦੀ ਹੈ, ਅਤੇ ਜਦੋਂ ਆਪਾਂ ਛੱਡ ਦਿੰਦੇ ਹਾਂ ਡਾਇਟ ਖਾਣੀ ਵੀ ਉਹ ਨਹੀਂ ਛੱਡ ਦਿੰਦੇ ਹਾਂ, ਫਿਰ ਉਹ ਡਾਊਨ ਆਉਣਾ ਹੀ ਆਉਣਾ, ਚਾਹੇ ਜਿੱਦਾਂ ਮਰਜ਼ੀ ਧੁਰੰਦਰ ਹੈ ਬਾਈ, ਉਹਨੇ ਆਉਣਾ ਆਉਣਾ, ਬਾਕੀ ਤੁਹਾਡੇ ਜੈਨੇਟਿਕਸ ਬਹੁਤ ਮੈਟਰ ਕਰਦੇ ਇਹਦੇ 'ਤੇ। ਬਲਪ੍ਰੀਤ ਦੀ ਕਿੱਦਾਂ ਦੀ ਡਾਇਟ ਰਹਿੰਦੀ ਸੀਗੀ, ਜਿਵੇਂ ਅਸੀਂ ਚਾਹੇ ਸਪਲੀਮੈਂਟ ਹੋਵੇ ਜਾਂ ਕੋਈ ਹੋਰ ਨੋਰਮਲ ਡਾਇਟ ਰਹਿੰਦੀ ਸੀ ਜਾਂ ਕਿੱਦਾਂ ਰਹਿੰਦੀ ਸੀ? ਬਲਪ੍ਰੀਤ ਦੀ ਡਾਇਟ ਮੈਂ ਹੀ ਡਿਜ਼ਾਇਨ ਕਰਦਾ ਹੁੰਦਾ ਸੀ ਬਾਈ, ਸਾਰੀ ਡਿਜ਼ਾਇਨ ਮੈਂ ਹੀ ਕਰਨੀ ਹੁੰਦੀ ਇਹ ਡਾਇਟ, ਕਈ ਵਾਰੀ ਲਿਆ ਕੇ ਦਿੰਦਾ ਦੇ ਕਿਵੇਂ ਵੀ। ਸਪਲੀਮੈਂਟਸ ਵੀ ਹੁੰਦੇ ਆ, ਸਪਲੀਮੈਂਟਸ ਤਾਂ ਲੈਣੇ ਪੈਂਦੇ ਯਾਰ ਉਸ ਟਾਈਮ, ਤੋਂ ਨੋਰਮਲ ਨਾ ਤਾਂ ਇੰਨਾ ਖਾਧਾ ਜਾਣਾ, ਕਿਉਂਕਿ ਮੰਨ ਲਓ ਕਿ ਤੁਸੀਂ 100 ਗ੍ਰਾਮ ਚਿਕਨ ਵੀ ਲੈਂਦੇ ਹੋ ਤਾਂ ਆਪਾਂ ਜੇ ਉਹਦੀ ਰੇਸ਼ੀਓ ਦੇਖੀਏ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਅਕੋਰਡਿੰਗ, ਠੀਕ ਹੈ, ਅਤੇ ਉਹਦੇ 'ਚ ਆਈਡੀਅਲ ਕੋਈ 27 ਗ੍ਰਾਮ ਹੁੰਦਾ ਪ੍ਰੋਟੀਨ 100 ਦੇ ਵਿੱਚੋਂ ਨਾ, ਤੁਹਾਨੂੰ ਚਾਹੀਦਾ ਮੰਨ ਲਓ ਕਿ ਤੁਸੀਂ 100 ਕਿਲੋ ਦੇ ਹੋ, ਜੇ ਤੁਸੀਂ ਬੋਡੀ ਬਿਲਡਿੰਗ ਕਰਦੇ ਹੋ ਤੁਹਾਨੂੰ 200 ਗ੍ਰਾਮ ਪ੍ਰੋਟੀਨ ਘੱਟੋ ਘੱਟ ਚਾਹੀਦਾ, ਤਾਂ ਤੁਸੀਂ ਕਿੰਨਾ ਕੁ ਚਿਕਨ ਖਾ ਲਓਗੇ, ਕਿੰਨੇ ਕੁ ਆਂਡੇ, ਕਿੰਨਾ ਕੁ ਪਨੀਰ ਖਾ ਲਓਗੇ, ਜਿਹੜੇ ਪ੍ਰੋਟੀਨ ਦਾ ਮੇਨ ਸੋਰਸ ਨੇ। ਸੋ ਇਹਦੇ ਲਈ ਆਪਾਂ ਨੂੰ ਇਹਨਾਂ ਸਪਲੀਮੈਂਟਸ ਦੇ ਉੱਪਰ ਆਉਣਾ ਹੀ ਪੈਂਦਾ। ਸਪਲੀਮੈਂਟਸ ਜਿਹੜਾ ਪ੍ਰੋਟੀਨ ਸਪਲੀਮੈਂਟ ਆ ਉਹਦੇ 'ਚ ਹੁੰਦਾ ਕੀ ਹੈ ਮੈਂ ਅਜੇ ਵੀ ਦੱਸਦਾ ਤੁਹਾਨੂੰ, ਡੱਬਿਆਂ 'ਚ ਕੀ ਹੁੰਦਾ, ਜਿਹੜਾ ਪ੍ਰੋਟੀਨ ਦਾ ਇੱਕ ਬਾਕਸ ਹੈ ਉਹਦੇ ਅੰਦਰ ਕੀ ਹੈ, ਕਾਹਦੇ ਤੋਂ ਬਣਿਆ? ਉਹ ਗਾਵਾਂ ਦੇ ਦੁੱਧ ਤੋਂ ਬਣਦਾ, ਠੀਕ ਹੈ ਜੀ, HF ਗਾਵਾਂ, ਹੋਲਸਟਨ ਫੀਜ਼ੀਅਨ ਗਾਵਾਂ, ਠੀਕ ਹੈ ਜੀ। ਸੋ ਉਹਨਾਂ ਦਾ ਜਿਹੜਾ ਰੋ ਹੁੰਦਾ ਫਿਰ ਉਹ ਜਦੋਂ ਮੰਨ ਲਓ ਕਿ ਪਨੀਰ ਪਾੜਦੇ, ਜਿਹੜਾ ਵਾਈਟ ਹੁੰਦਾ ਪਾਣੀ, ਹੈ ਨਾ, ਉਹ ਕੀ ਹੁੰਦਾ ਕਿ ਉਹ ਕੇਸਿਨ ਪ੍ਰੋਟੀਨ ਹੁੰਦਾ, ਉਹ ਕੱਚਾ ਪ੍ਰੋਟੀਨ ਹੁੰਦਾ, ਉਹਨੂੰ ਪ੍ਰੋਸੈਸਡ ਕਰਕੇ ਉਹਦੀ ਕੀ ਹੈ ਪਾਊਡਰ ਫਾਰਮ ਬਣਾ ਕੇ ਉਹਨੂੰ ਇੱਕ ਕੰਸਨਟ੍ਰੇਟ ਵੇ ਤਿਆਰ ਕਰਦੇ ਆ, ਫਿਰ ਉਹਦੇ 'ਚ ਹੋਰ ਕੁਛ ਸ਼ੁੱਧ ਕਰਦੇ ਆ ਉਹਨੂੰ, ਉਹ ਇੱਕ ਹਾਈਡਰੋਲਾਈਜ਼ਡ ਬਣ ਜਾਂਦਾ, ਆਈਸੋਲੇਟ ਬਣ ਜਾਂਦਾ, ਫਿਰ ਉਹਦੇ 'ਚ ਫਲੇਵਰਾਈਜੇਸ਼ਨ ਮਿਕਸ ਹੁੰਦੀ ਹੈ, ਫਿਰ ਉਹ ਕਈ ਲੈਬਸ ਤੋਂ, ਵੱਡੀਆਂ ਲੈਬਸ ਤੋਂ ਕਹਿ ਦਈਏ ਕਿ ਇੱਕ ਟੈਸਟਡ ਹੁੰਦਾ, ਟੈਸਟ ਪਾਸ ਹੁੰਦਾ ਉਹਦਾ ਕਿ ਇਹ ਆਪਣੇ ਖਾਣ ਯੋਗ ਹੈ ਕਿ ਨਹੀਂ, ਫਿਰ ਉਹ 'ਚ ਫਲੇਵਰਾਈਜੇਸ਼ਨ ਮਿਕਸ ਹੁੰਦੀ ਹੈ, ਫਿਰ ਉਹਦੇ 'ਚ ਕੁਛ ਪ੍ਰਜ਼ਰਵੇਟਿਵ ਐਡ ਆਨ ਹੁੰਦੇ ਹੈ ਕਿ ਜਿਹੜੇ ਉਹਨੂੰ ਲੰਬੇ ਟਾਈਮ ਤੱਕ ਐਕਸਪਾਇਰੀ ਉਹਦੀ ਹੈ ਬਚਾ ਕੇ ਰੱਖਦੇ। ਇਹ ਹੁੰਦਾ ਵੇ ਪ੍ਰੋਟੀਨ ਦਾ ਸੱਚ, ਪਰ ਇਹ ਆਪਣਾ ਜਿਹੜਾ ਇੰਡੀਅਨ ਮਾਰਕੀਟ ਹੈ, ਇਹ ਆਪਣਾ ਇੰਡੀਆ ਕਾਪੀ ਕਰਨ ਲਈ ਸਭ ਤੋਂ ਅੱਗੇ ਹੈ, ਕੋਈ ਬਾਹਰੋਂ ਚੀਜ਼ ਆਉਂਦੀ ਉਹਦੀ ਪਹਿਲਾਂ ਹੀ ਕਾਪੀ ਤਿਆਰ ਹੋ ਜਾਂਦੀ ਹੈ, ਜਿਹੜਾ ਮਰਜ਼ੀ ਕੱਪੜਾ ਲਾ ਲਓ, ਫੋਨ ਲਾ ਲਓ, ਇਹ ਤਾਂ ਫਿਰ ਖਾਣ ਵਾਲੀ ਚੀਜ਼ ਹੈ, ਠੀਕ ਹੈ। ਪਰ ਮੈਂ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ, ਹੱਥ ਜੋੜ ਕੇ ਬੇਨਤੀ ਕਰਦਾ ਕਿ ਡੁਪਲੀਕੇਸੀ ਦੇ ਖਿਲਾਫ਼ ਯਾਰ ਆਵਾਜ਼ ਉਠਾਓ ਪਲੀਜ਼, ਕਿਉਂਕਿ ਇਹੀ ਲੈ ਕੇ ਬਹਿੰਦੇ ਆ ਡੁਪਲੀਕੇਟੀ। ਓਰੀਜਨਲ ਕੁਛ ਨਹੀਂ ਕਹਿੰਦਾ ਯਾਰ, ਮੈਨੂੰ 24 ਸਾਲ ਹੋਏ ਖਾਂਦੇ ਨੂੰ, ਮੈਨੂੰ ਕੁਛ ਨਹੀਂ ਹੋਇਆ, ਵੱਧ ਘੱਟ ਖਾ ਲੈਂਦੇ ਜਾਂ ਵੱਧ। ਹਾਂ, ਇੱਕ ਟ੍ਰੇਨਰ, ਇੱਕ ਗਾਈਡਨ ਗਾਈਡਨਰ ਜ਼ਰੂਰ ਤੁਹਾਡਾ ਹੋਣਾ ਚਾਹੀਦਾ, ਜਿਹੜਾ ਤੁਹਾਨੂੰ ਗਾਈਡੈਂਸ ਦੇਵੇ ਕਿ ਯਾਰ ਆਹ ਚੀਜ਼ ਤੁਹਾਡੇ ਲਈ ਇੰਨੀ ਚੰਗੀ ਹੈ,
ਅਤੇ ਵੱਧ ਮਾੜੀ ਹੈ, ਕਿਉਂਕਿ ਰੋਟੀ ਖਾ ਲਈ ਉਹ ਵੀ ਵੱਧ ਤਾਂ ਮਾੜੀ, ਬਾਈ ਪਾਣੀ ਪੀ ਲਈ ਉਹ ਵੀ ਵੱਧ ਮਾੜਾ, ਉਹ ਵੀ ਸਵੈਲਿੰਗ ਕਰਨ ਦਾ ਬ੍ਰੇਨ 'ਚ ਇਹ ਚੀਜ਼ਾਂ ਜੀ। ਬਿਲਕੁਲ। ਅੱਛਾ, ਬਲਪ੍ਰੀਤ ਨੂੰ ਅੱਗੇ ਕਿੱਥੇ ਕੁ ਲੈ ਕੇ ਜਾਣਾ ਚਾਹੁੰਦੇ ਹੋ, ਜਿਵੇਂ ਏਸ਼ੀਆ ਬੋਡੀਬਿਲਡਿੰਗ ਚੈਂਪੀਅਨਸ਼ਿਪ ਦੇ ਮਿਸਟਰ ਏਸ਼ੀਆ ਬਣੇ ਨੇ, ਅੱਗੇ ਕਿੱਥੇ ਕੁ ਲੈ ਕੇ ਜਾਣਾ ਚਾਹੁੰਦੇ? ਜਿੱਥੋਂ ਤੱਕ ਮੈਂ ਨਹੀਂ ਪਹੁੰਚਿਆ ਉੱਥੇ ਤੱਕ ਲੈ ਕੇ ਜਾਊਂਗਾ ਬਾਈ, ਕਿਉਂਕਿ ਮੈਂ ਬੜੀਆਂ ਇੰਜਰੀਜ਼ ਫੇਸ ਕੀਤੀਆਂ। ਸੋ ਮੈਂ ਜਿੰਨੇ ਵੀ ਮੇਰੇ ਪਲੇਅਰ ਨੇ, ਇਕੱਲਾ ਬਲਪ੍ਰੀਤ ਨਹੀਂ, ਜਿੰਨੇ ਵੀ ਮੇਰੇ ਪਲੇਅਰ ਨੇ, ਮੈਂ ਉਹਨਾਂ 'ਚੋਂ ਆਪਦੇ ਆਪ ਨੂੰ ਦੇਖਦਾ ਹੁੰਦਾ, ਠੀਕ ਹੈ ਜੀ। ਸੋ ਮੇਰੇ ਉਹ ਇਹ ਮਕਸਦ ਹੁੰਦਾ ਕਿ ਯਾਰ ਮੈਂ ਇੱਥੇ ਤੱਕ ਨਹੀਂ ਗਿਆ, ਇਹ ਤਾਂ ਜਾਣ। ਈਵਨ ਮੈਂ ਹੁਣ ਵੀ ਸਟੱਡੀ ਕਰਦਾ ਤਾਂ ਸਟੱਡੀ ਨਾਲ ਅਪਡੇਟਡ ਰਹਿਣਾ ਮੈਂ ਇਹਨਾਂ ਨੂੰ ਤਿਆਰ ਕਰਨ ਦੇ ਲਈ, ਆਪਣੇ ਆਪਣੀ ਨੌਲੇਜ ਵਧਾਉਣ ਦੇ ਲਈ, ਕਿ ਮੈਂ ਇਹਨਾਂ ਨੂੰ ਉੱਥੇ ਤੱਕ ਕਿਵੇਂ ਲਿਜਾਵਾਂ ਯਾਰ ਜਿੱਥੇ ਤੱਕ ਮੈਂ ਪਹੁੰਚਾ। ਕਿਉਂਕਿ ਮੇਰਾ ਕੋਈ ਵੀ ਕਹਿ ਦਈਏ ਕਿ ਟ੍ਰੇਨਰ ਜਾਂ ਮੇਰਾ ਕੋਈ ਸਪੈਸੀਫਿਕ ਕੋਚ ਨਹੀਂ ਰਿਹਾ, ਮੇਰੀਆਂ ਕੋਚ ਮੇਰੇ ਧੱਕੇ ਅਤੇ ਮੇਰੀਆਂ ਕਿਤਾਬਾਂ ਹੀ ਰਹੇ ਆ ਬਾਈ। ਮੈਂ ਹੁਣ ਤੱਕ ਸਟੱਡੀ ਕਰਕੇ ਪਹਿਲਾਂ ਮੈਂ ਸਟੱਡੀ ਕੀਤੀ, ਫਿਰ ਉਹਨੂੰ ਆਪਣੇ 'ਤੇ ਅਪਲਾਈ ਕੀਤਾ, ਅਤੇ ਫਿਰ ਮੈਂ ਇਹਨਾਂ ਦੇ ਸਾਰਿਆਂ ਦੇ ਦੱਸਿਆ ਵੀ ਆਹ ਚੀਜ਼ਾਂ ਆ ਚੀਜ਼ਾਂ। ਹੁਣ ਵੀ ਮੈਂ ਸਟੱਡੀ ਕਰਾਉਂਦਾ, ਈਵਨ ਹੁਣ ਵੀ ਮੇਰੀ 3 ਵਜੇ ਕਲਾਸ ਹੈ, ਅਤੇ ਮੈਂ ਉਹਦੇ 'ਚ ਵੀ ਨਵੇਂ ਸਟੂਡੈਂਟਸ ਜਿੰਨੇ ਆਉਂਦੇ ਆ ਉਹਨਾਂ ਨੂੰ ਪ੍ਰੋਪਰਲੀ ਸਮਝਾਉਣਾ ਕਿ ਅਸਲ ਦੇ ਵਿੱਚ ਬੋਡੀ ਬਿਲਡਿੰਗ ਹੈ ਕੀ ਹੈ। ਅੱਛਾ, ਜਦੋਂ ਸਾਡੇ ਨੌਜਵਾਨ ਜਿਹੜੇ ਕਿ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਆ, ਕਈ ਵਾਰ ਉਹਨਾਂ ਨੂੰ ਨੌਕਰੀਆਂ ਬਹੁਤ ਘੱਟ ਮਿਲਦੀਆਂ, ਉਹਨਾਂ ਨੂੰ ਪੰਜਾਬ ਸਰਕਾਰ ਨੂੰ ਕੀ ਕਹਿਣਾ ਕਿ ਚਾਹੁੰਦੇ ਹੋ? ਇਹ ਇੱਕ ਨਾ ਇੰਟਰਨੈਸ਼ਨਲ ਗੇਮ ਹੈ, ਅਤੇ ਦੂਸਰੀ ਹੈ ਪਹਿਲਾਂ ਇੰਟਰਵਰਸਿਟੀ ਦੇ ਅੰਦਰ ਹੁੰਦੀ ਸੀ, ਇਹ ਜਿਹੜਾ ਮੇਨ ਥਿੰਗ ਆ ਜਾਂਦਾ ਓਲੰਪਿਕ 'ਚ ਨਹੀਂ ਆਉਂਦੀ। ਉਹ ਕਿਉਂ ਨਹੀਂ ਆਉਂਦੀ? ਕਿਉਂਕਿ ਇਸ ਲਾਈਨ ਦਾ ਇੱਕ ਕੌੜਾ ਸੱਚ ਹੈ ਕਿ ਇਹਦੇ ਅੰਦਰ ਲੋਟਸ ਆਫ ਸਪਲੀਮੈਂਟੇਸ਼ਨ ਅਤੇ ਕੁਛ ਕੁ ਹੁਣ ਡਰੱਗਸ ਮੈਡੀਸਨਸ ਲਾਈਕ ਆ PED ਪਰਫੋਰਮੈਂਸ ਐਨਹੈਂਸਿੰਗ ਡਰੱਗਸ ਜਿਹਨਾਂ ਨੂੰ ਆਪਾਂ ਸਟੋਰਾਇਡਸ ਬੋਲਦੇ ਹਾਂ, ਉਹ ਕੁਛ ਐਡ ਔਨ ਹੁੰਦਾ ਅਤੇ ਹੁੰਦਾ ਹੀ ਹੁੰਦਾ। ਜਿਹੜਾ ਬੰਦਾ ਕਹਿੰਦਾ ਨੈਚੁਰਲ ਆ ਨਾ, ਅਤੇ ਉਹ ਯਾਦ ਤਾਂ ਫਿਰ ਆਪ ਬਹੁਤਾ ਸਿਆਣਾ ਤੁਹਾਨੂੰ ਬੇਵਕੂਫ ਬਣਾ ਰਿਹਾ ਜਿਹੜਾ ਇਸ ਲਾਈਨ ਨਾਲ ਜੁੜਿਆ। ਇਸ ਕਰਕੇ ਹੀ ਸਰਕਾਰ, ਮੈਂ ਤੁਹਾਨੂੰ ਦੱਸਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਅਸੀਂ ਸਰਕਾਰ ਅੱਗੇ ਮੰਗ ਰੱਖਦੇ ਹਾਂ ਕਿ ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਤੁਸੀਂ ਨੌਕਰੀਆਂ ਦਿੰਦੇ ਸੀਗੇ ਇੰਟਰਵਰਸੀ ਦੇ ਅਕੋਰਡਿੰਗ ਜਿਹੜੇ ਆਉਂਦੇ ਸੀ ਨਾ ਪਲੇਅਰਸ, ਹੁਣ ਵੀ ਯਾਰ ਸ਼ੁਰੂ ਕਰੋ, ਠੀਕ ਹੈ ਜੀ। ਕਿਉਂਕਿ ਇਹ ਇੱਕ ਇੰਟਰਨੈਸ਼ਨਲ ਗੇਮ ਹੈ, ਜੇ ਤੁਸੀਂ ਇੱਥੋਂ ਬਾਹਰ ਜਾਂਦੇ ਨਾ, ਮੈਂ ਤੁਹਾਨੂੰ ਦੱਸਦਾ ਕਿ ਇੱਥੋਂ ਬਾਹਰ ਜਾਂਦਾ ਪਲੇਅਰ, ਮੰਨ ਲਓ ਕਿ ਮੈਂ ਪਲੇਅਰ ਲੈ ਕੇ ਗਿਆ ਸੀ ਨਾ ਸਾਡੀ ਫੈਡਰੇਸ਼ਨ FIF ਫਿਟਨੈਸ ਇੰਟਰਨੈਸ਼ਨਲ ਫੈਡਰੇਸ਼ਨ, ਠੀਕ ਹੈ ਜੀ, ਜਿਹੜੀ ਸਿੰਗਾਪੁਰ ਬੇਸਡ ਹੈ, ਏਸ਼ੀਆ ਦੀ ਫੈਡਰੇਸ਼ਨ ਹੈ ਉਹ। ਅਤੇ ਅਸੀਂ ਜਦੋਂ ਲੈ ਗਏ ਤਾਂ ਉੱਥੇ ਪਲੇਅਰਸ ਦਾ ਯਾਰ ਮਾਣ ਸਤਿਕਾਰ ਇੰਨਾ ਜ਼ਿਆਦਾ ਹੁੰਦਾ ਨਾ ਕਿ ਤੁਸੀਂ ਗੱਲਾਂ ਹੀ ਛੱਡ ਦਿਓ ਕਿ ਇਹ ਆਇਆ, ਇਹ ਆਪਣੀ ਬੋਡੀ ਬਿਲਡਿੰਗ ਲਾਈਨ ਨੂੰ ਹੋਰ ਉੱਪਰ ਚੱਕੂਗਾ ਯਾਰ, ਸਾਡੇ ਗ੍ਰਾਫ ਨੂੰ ਹੋਰ ਉੱਪਰ ਲੈ ਕੇ ਜਾਊਗਾ ਨਾ। ਅਤੇ ਇੱਥੇ ਇੰਡੀਆ 'ਚ ਆਉਂਦਿਆਂ ਨਹੀਂ, ਇੱਥੇ ਯਾਰ ਇੱਥੇ ਆਉਂਦਿਆਂ ਨੂੰ ਕੋਈ ਨਹੀਂ ਪੁੱਛਦਾ, ਕੋਈ ਨਹੀਂ ਪੁੱਛਦਾ ਇੱਥੇ ਆਉਂਦੇ ਨੂੰ, ਕੋਈ ਤੁਹਾਡੇ ਨਾਲ ਕੋਈ ਨੁਮਾਇੰਦਾ ਨਹੀਂ ਖੜਾ ਹੁੰਦਾ, ਕੋਈ ਕੁਛ ਨਹੀਂ, ਬਾ ਆ ਗਿਆ ਠੀਕ ਆ, ਦੈਟਸ ਇਟ। ਇੱਥੇ ਯਾਨੀ ਕਿ ਸਪੋਰਟਸ ਦੀ ਕਦਰ ਹੈ ਨਹੀਂ, ਮੈਂ ਇਹ ਚੀਜ਼ ਦੇਖੀ ਹੈ ਬਾਈ। ਤੁਸੀਂ ਬਾਹਰ ਜਾਂਦੇ ਹੋ, ਤੁਹਾਡੀ ਇੰਨੀ ਕੁ ਰਿਸਪੈਕਟ ਹੁੰਦੀ ਹੈ ਵੀ ਇਹ ਸਪੋਰਟਸਮੈਨ ਆ ਨਾ, ਤੁਸੀਂ ਮੈਂ ਕਹਿੰਦਾ ਵੀ ਤੁਸੀਂ ਕਹੋਗੇ ਵੀ ਉੱਥੇ ਵੀ ਜੇ ਤੁਸੀਂ ਵੀ ਜਾਓਗੇ ਨਾ, ਤੁਸੀਂ ਮੈਂ ਵੀ ਸਪੋਰਟਸਮੈਨ ਹੀ ਬਣਦੇ ਯਾਰ, ਇੰਨੀ ਰਿਸਪੈਕਟ ਦਿੰਦੇ। ਆਖਰੀ ਸਵਾਲ ਹੈ, ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਹੈਗੀ ਆ ਨਸ਼ਿਆਂ 'ਚ ਗ੍ਰਸਤ ਹੈ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਜਿਵੇਂ ਤੁਸੀਂ ਬਲਪ੍ਰੀਤ ਨੂੰ ਤਿਆਰ ਕੀਤਾ, ਪੰਜਾਬ ਦਾ ਨਾਮ ਰੋਸ਼ਨ ਕੀਤਾ, ਆਪਣੇ ਪਿੰਡ ਵਾਲੇ ਦਾ ਨਾਮ ਰੋਸ਼ਨ ਕੀਤਾ, ਮਾਪਿਆਂ ਦਾ ਨਾਮ ਰੋਸ਼ਨ ਕੀਤਾ, ਨੌਜਵਾਨ ਪੀੜ੍ਹੀ ਨੂੰ ਕਹਿਣਾ? ਮੈਂ ਐਂ ਕਹਿੰਦਾ ਵੀ ਆਹ ਮੇਰੇ ਦੋਵੇਂ ਹੱਥ ਖੁੱਲ੍ਹੇ ਆ ਬਾਈ, ਲੁੱਟ ਲਓ ਜਿਹਦੇ ਕੋਲ ਲੁੱਟ ਹੁੰਦਾ ਨਾ। ਜਿਹੜੇ ਵੀ ਮੇਰੇ ਵੀਰ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ, ਨੌਲੇਜ ਦੀ ਕਮੀ ਹੈ ਉਹਨੂੰ, ਉਹਨੇ ਕੁਛ ਕਰਨਾ ਚਾਹੁੰਦਾ ਹੈ, ਜਿੱਥੋਂ ਤੱਕ ਮੇਰੀ ਹੈਲਪ ਚਾਹੀਦੀ ਹੈ, ਜਦੋਂ ਮਰਜ਼ੀ ਬਾਈ ਮੈਨੂੰ ਉਹ ਕੰਟੈਕਟ ਕਰੇ, ਮੈਸੇਜ ਕਰੇ, ਠੀਕ ਹੈ ਨਾ। ਸੋਸ਼ਲ ਮੀਡੀਆ 'ਤੇ ਵੀ ਆ, ਮੈਂ ਤੁਸੀਂ ਕੰਟੈਕਟ ਨੰਬਰ ਵੀ ਸ਼ੇਅਰ ਕਰ ਦਿੱਤਾ, ਮੈਂ ਦੇ ਦਿੰਦਾ ਆਪਣਾ ਨਾ। ਅਤੇ ਉਹ ਚੀਜ਼ ਹੈ ਕਿ ਜੇ ਕੁਛ ਕਰਨਾ ਚਾਹੁੰਦੇ ਹੋ ਤਾਂ ਬਾਈ ਜ਼ਰੂਰ ਮਿਲੋ, ਮੈਂ ਜਿੱਥੋਂ ਤੱਕ ਹੋ ਸਕੂਗਾ ਤੁਹਾਡੀ ਪੂਰੀ ਸਪੋਰਟ ਕਰੂੰਗਾ। ਅਤੇ ਨਸ਼ੇੜੀ ਵੀਰਾਂ ਨੂੰ ਮੇਰੀ ਬੇਨਤੀ ਹੈ ਬਾਈ, ਤੁਹਾਨੂੰ ਸ਼ਾਇਦ ਸੋਚ ਕੇ ਮਜ਼ਾਕ ਲੱਗੂਗਾ, ਅਸੀਂ ਇੱਥੇ ਸਾਡੇ ਲੋਕਲ ਪਤਾ ਨਹੀਂ ਸੀ ਕਿੰਨੇ ਬੰਦਿਆਂ ਦਾ ਚਿੱਟਾ ਛੜਾਤਾ, ਇਹ ਗੱਲ ਸੱਚੀ ਹੈ ਬਾਈ। ਉਹਨਾਂ ਨੇ ਵਨ ਸ਼ਾਟ 'ਚ ਇੱਦਾਂ ਦੀ ਕਾਉਂਸਲਿੰਗ ਇੱਦਾਂ ਦੀ ਕਰੋ ਯਾਰ ਉਹਨਾਂ ਦੀ, ਕਿ ਉਹਨਾਂ ਨੂੰ ਪਤਾ ਲੱਗ ਜਾਣਾ। ਹੁਣ ਇੱਕ ਮੁੰਡਾ ਆਉਂਦਾ ਸੀ, ਮੈਂ ਨਾਮ ਨਹੀਂ ਲਊਂਗਾ ਉਹਦਾ, ਛੱਡ ਚੁੱਕਿਆ ਜਿੰਮ ਆਉਂਦਾ ਹੈ, ਠੀਕ ਹੈ। ਉਹਨੇ ਛੱਡਤਾ, ਹੁਣ ਰੀਸੈਂਟਲੀ ਛੱਡਿਆ, ਉਹਨੇ ਛੱਡਾਇਆ ਪਤਾ ਨਹੀਂ ਮੈਂ ਕਿੰਨਿਆਂ ਦਾ, ਪਰ ਉਹਨੇ ਰੀਸੈਂਟਲੀ ਛੱਡਿਆ। ਉਹਨੇ ਛੱਡਿਆ ਕਿਵੇਂ? ਉਹ ਆਇਆ ਮੇਰੇ ਕੋਲ, ਇੱਥੇ ਮਿਲਿਆ ਮੈਨੂੰ, ਮੈਂ ਕਿਹਾ ਤੂੰ ਟ੍ਰੇਨਿੰਗ ਕਰ ਦਿੰਦਾ, ਬਹੁਤ 6 ਮਹੀਨੇ ਬਾਅਦ ਮਿਲਿਆ, ਉਹਦਾ ਕੰਮ ਕੁੰਮ ਸੀਗਾ, ਗਰਾਜ ਗਰੂਜ ਸੀ ਸਾਰੀਆਂ, ਵੇਗੀਆਂ ਗੱਡੀਆਂ ਜੋ ਵੀ ਸੀਗਾ। ਅਤੇ ਮੈਂ ਉਹਦੇ ਨਾਲ ਬਿਨਾਂ ਬੈਠਾ, ਉਹਦੀਆਂ 2 ਬੇਟੀਆਂ, ਮੈਂ ਉਹਨਾਂ ਦਾ ਵਾਸਤਾ ਪਾਇਆ, ਮੈਂ ਕਿਹਾ ਉਹ ਕਿਹਦੇ ਆਸਰੇ ਜਾਣਗੀਆਂ ਯਾਰ, ਤੇਰੀ ਫੈਮਲੀ ਆ, ਕੀ ਕਰੀ ਜਾਂਦਾ ਤੂੰ ਨਾ। ਉਹਨੂੰ 2-4 ਗੱਲਾਂ ਉਹਦੇ ਨੇ ਕਹੀਆਂ, ਉਹਨੂੰ ਟੱਚ ਕਰ ਗਈਆਂ ਹੁਣ, ਉਹ ਬੰਦਾ ਦੂਜੇ ਦਿਨ ਜਿੰਮ ਆਇਆ ਮੇਰੇ ਕੋਲ। ਮੈਂ ਬਾਈ ਕਹਿੰਦਾ ਦੇ, ਮੈਂ ਤੇਰੇ ਮੂਹਰੇ ਹੱਥ ਖੜੇ ਕਰਦਾ, ਮੈਨੂੰ ਤੋੜਨ ਲੱਗੇ, ਕਹਿੰਦਾ ਮੈਂ ਨਹੀਂ ਲਾਉਂਦਾ। ਮੈਂ ਉਹਨੂੰ ਖੁੱਲੀਆਂ ਟੈਬਲੇਟ ਦੇ ਦਿੱਤੀਆਂ, ਖੁੱਲੀਆਂ ਟੈਬਲੇਟ ਮੈਂ ਤੁਹਾਨੂੰ ਦੱਸਦਾ ਕੀ ਸੀ ਉਹ, ਜਦੋਂ ਖੋਲ੍ਹ ਕੇ ਉਹਨੂੰ ਦਿੱਤੀਆਂ, ਮੈਂ ਕਿਹਾ ਲੈ
ਇਹ ਮੈਂ ਕਿਹਾ ਸਾਰੀਆਂ ਗੋਲੀਆਂ ਤੋਂ ਉੱਤੇ ਆ, ਤੂੰ ਖਾ ਲੇਗਾ ਤੂੰ ਇਹਦੇ ਨਾਲ, ਮੈਂ ਕਿਹਾ ਉੱਦਾਂ ਨਹੀਂ ਤੋੜ ਲੱਗਣੀ। ਉਹ ਸੀਗਾ ਕੀ ਬਈ, ਉਹ ਇੱਕ ਮਲਟੀ ਵਿਟਾਮਿਨ ਹੈ ਸੁਪਰਾਡਨ, ਠੀਕ ਹੈ, ਸ਼ਾਇਦ ਆਪਾਂ ਵੀ ਰੂਟੀਨ ਤੁਸੀਂ ਖਾਂਦੇ ਹੋਵੋਗੇ ਸੁਪਰਾਡਨ। ਉਹਨੇ ਕੀ ਕਰਨਾ ਕਿ ਇੱਕ ਵਿਟਾਮਿਨਸ ਦੀ ਕਮੀ ਨੂੰ ਪੂਰਾ ਕਰਨਾ, ਲੱਤਾਂ ਬਾਹਾਂ ਨਹੀਂ ਟੁੱਟਣ ਦਾ, ਉਹ ਖਾ ਲੈਂਦਾ ਸੀ, ਕਹਿੰਦਾ ਬਾਈ ਮੈਂ ਚਾਰਜ ਬਹੁਤ ਰਹਿਣਾ ਬੱਸ। ਮੈਂ ਕਿਹਾ ਇਹੀ ਆ ਵੀ, ਇਹ ਮਹਿੰਗੀਆਂ ਬਹੁਤ ਆ, ਮੈਂ ਤਾਂ ਪੈਸਾ ਕੋਈ ਲੈਣਾ, ਮੈਂ ਕਿਹਾ ਤੈਨੂੰ ਠੀਕ ਹੋ ਜਾਏਗਾ। ਉਹਨੂੰ ਬਾਅਦ 'ਚ ਹੁਣ ਮੈਨੂੰ ਲੱਗਦਾ ਸੀ ਸੁਣਦਾ ਤੁਹਾਨੂੰ ਪਤਾ ਲੱਗੂਗਾ ਇਹਨੂੰ ਕੋਈ ਦੇਤੀਆਂ ਹੀ ਸੁਪਰਾਡਨ ਨਹੀਂ, ਬਾਈ ਉਹਦੇ ਨਾਲ ਛੱਡ ਗਿਆ। ਚਲੋ ਚੰਗੀ ਗੱਲ। ਅਤੇ ਉਹ ਮੈਂ ਉਹ ਚੀਜ਼ ਕਹਿੰਦਾ ਵੀ ਜੇ ਕੋਈ ਕਰਨਾ ਚਾਹੁੰਦਾ ਤਾਂ ਉਹ ਜ਼ਰੂਰ ਮਿਲੇ। ਸੋ ਇੱਕ ਪਾਸੇ ਜਿੱਥੇ ਬਲਪ੍ਰੀਤ ਨੇ ਜਿੱਥੇ ਕਿ ਏਸ਼ੀਆ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਮਿਸਟਰ ਏਸ਼ੀਆ ਬਣ ਕੇ ਜਿੱਥੇ ਪੰਜਾਬ ਦਾ ਨਾਮ ਰੋਸ਼ਨ ਕੀਤਾ, ਉਸ ਦੂਜੇ ਪਾਸੇ ਮਾਪਿਆਂ ਦਾ ਅਤੇ ਪਿੰਡ ਵਾਲਿਆਂ ਦਾ ਨਾਮ ਵੀ ਰੋਸ਼ਨ ਕੀਤਾ ਲੁਧਿਆਣਾ। ਤੋਂ ਲਖਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।